ਤਹਿਲੀਜਕਲਾ ਟਿੱਡੀ ਮੈਂ ਜਿੱਥੇ ਆਵਾਜ਼ ਸੁਣ ਰਹੀਆਂ ਨੇ ਜਲਦੀ ਦੇ ਨਾਲ ਹੀ ਗਰਾਊਂਡ ਦੇ ਲਾਗੇ ਪਹੁੰਚਣ। ਤੀਸਰਾ ਮੈਚ ਜਿਹੜਾ ਇਸ਼ਨਪੁਰਾ ਤੇ ਟਰਪੱਲਾ, ਇਸ਼ਨਪੁਰਾ ਤੇ ਟਰਪੱਲਾ, ਸੈੜੀ ਮਾਜਰਾ ਤੇ ਦਹਿਲੀਜਕਲਾ, ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪਹੁੰਚਣ ਅਗਲੇ ਮੈਚ ਦੇ ਲਈ। ਲਓ ਇਧਰਲੇ ਪਾਸੇ ਸਿੱਖ ਸਰਦਾਰ ਰੌਜਨ ਡੀਐਮਪੁਰੀ ਇਸ ਸਮੇਂ ਵੱਧ ਕੇ ਟਰਾਈ ਕਰ ਰਿਹਾ ਹੈ, ਪਰ ਨੰਬਰ ਜਿਹੜਾ ਤੰਦੇ ਬੰਦੇ ਦੀ ਟੀਮ ਦੇ ਵਾਸਤੇ। ਲਓ ਅਗਲੀ ਕਬੱਡੀ ਫਿਰ ਰੌਜਨ ਡੀਐਮਪੁਰੀ ਇਸ ਸਮੇਂ ਕਬੱਡੀ ਪਾ ਰਿਹਾ ਹੈ। ਲਓ ਉਧਰਲੇ ਪਾਸੇ ਕਹਿੰਦੇ ਵੀ ਦੋਗਾਂ ਦੇ ਖੁਸ਼ੀ ਵਾਂਗ ਨੌਜਵਾਨ ਨੇ ਵੱਧ ਕੇ ਟਰਾਈ ਕੀਤੀ ਆ। ਉਸ ਨੌਜਵਾਨ ਦਾ ਵੀ ਕਹਿੰਦੇ ਵੀ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਸਮੁੱਚੀ ਬਾਬਾ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਅੱਜ ਕੀਤਾ ਜਾਵੇਗਾ। ਦੁੱਗਾ ਪਿੰਡ ਦਾ ਖੁਸ਼ੀ ਪੁੱਜ ਰਿਹਾ ਜਿਸ ਧਰਤੀ ਤੇ, ਉੱਥੇ ਜੰਗੀਆਣੇ ਦੇ ਮਹਾਨ ਖਿਡਾਰੀ ਬਾਂਦਰ ਟੋੜ ਆਪਾਂ ਵੇਖਾਂਗੇ ਅੱਜ ਇਸ ਮੈਦਾਨ ਦੇ ਵਿੱਚ। ਦੁਨੀਆ ਦੇ ਮਹਾਨ ਖਿਡਾਰੀ ਜਿਹੜੇ ਖੇਡਣੇ ਨੇ, ਹਰਿਆਣੇ ਤੋਂ ਟੀਮਾਂ ਪੁੱਜ ਰਹੀਆਂ ਨੇ, ਕਿਉਂਕਿ ਵੱਡੀ ਮਿਹਨਤ ਜਿਹੜੀ ਸਮੁੱਚੇ ਪ੍ਰਬੰਧਕਾਂ ਵੱਲੋਂ ਸਾਡੇ ਸਤਿਕਾਰਯੋਗ ਵੀਰ ਪ੍ਰਧਾਨ ਹਰਿੰਦਰ ਸਿੰਘ ਆਸਟ੍ਰੇਲੀਆ, ਰਿੰਕੂ ਆਸਟ੍ਰੇਲੀਆ, ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਵੱਡੀ ਮਿਹਨਤ ਕੀਤੀ ਇਸ ਕਬੱਡੀ ਕੱਪ ਦੇ ਲਈ। 3 ਮਹੀਨੇ ਤੋਂ ਲੱਗੇ ਨੇ ਸੀਨੀਅਰ ਵੀਰ ਪ੍ਰਧਾਨ ਰਣਜੀਤ ਸਿੰਘ ਬਣੀ ਵਰਗੇ, ਉੱਥੇ ਹੀ ਸਾਡੇ ਚੇਅਰਮੈਨ ਨੋਨੇ ਵਰਗੇ ਜਿਹੜੇ ਸਾਡੇ ਸਤਿਕਾਰਯੋਗ ਵੀਰ ਨੇ, ਵੱਡਾ ਉੱਦਮ ਜਿਹੜਾ ਇਸ ਕਬੱਡੀ ਕੱਪ ਦੇ ਲਈ ਕੀਤਾ। ਇਕੱਲੇ ਇਕੱਲੇ ਖਿਡਾਰੀਆਂ ਦੇ ਘਰ ਜਾ ਕੇ ਜਿਹੜੇ ਸੱਦੇ ਦਿੱਤੇ ਨੇ, ਦੁਨੀਆ ਦੇ ਮਹਾਨ ਖਿਡਾਰੀ ਅੱਜ ਇਸ ਧਰਤੀ ਤੇ ਖੇਡਣਗੇ, ਆਪਾਂ ਆਨੰਦ ਮਾਣਾਂਗੇ। ਉੱਥੇ ਹੀ kabaddi365.com ਤੇ ਦੁਨੀਆ ਭਰ ਦੇ ਵਿੱਚ ਇਸ ਖੇਡ ਵੇਲੇ ਨੂੰ ਕਹਿੰਦੇ ਵੀ ਲਾਈਵ ਦਿਖਾਇਆ ਜਾ ਰਿਹਾ ਹੈ। ਦੁਨੀਆ ਦੇ ਇਕੱਲੇ ਇਕੱਲੇ ਕੋਨੇ ਦੇ ਵਿੱਚ, ਇਕੱਲੇ ਇਕੱਲੇ ਦੇਸ਼ ਦੇ ਵਿੱਚ ਇਕੱਲੀ ਇਕੱਲੀ ਕਬੱਡੀ ਦਾ ਨਜ਼ਾਰਾ ਵੇਖ ਰਹੇ ਨੇ ਸਾਰੇ ਐਜਾਰਾਈ ਵੀਰ ਸਾਡੇ। ਹੈਲੋ ਲੱਡੂ, ਆਹ ਪਲੇਅਰਾਂ ਨੂੰ ਬਾਕਸਾਂ 'ਚ ਖੜਾ ਦੇ ਯਾਰ ਸਾਰਿਆਂ ਨੂੰ। ਇਹ ਵੀਰ ਨੋਟ ਕਰ ਲੈਣ, ਬਾਕਸ ਜਿਹੜਾ ਬਣਾਇਆ ਰੇਡਰਾਂ ਦੇ ਲਈ। ਹੈਲੋ, ਇੱਕ ਆ ਟੀ ਸ਼ਰਟ ਵਾਲਾ ਵਿੱਚ ਲੱਡੂ ਬਾਕਸਾਂ 'ਚ ਰੱਖੀ ਸਾਰਿਆਂ ਨੂੰ। ਰੇਡਰ ਜਿਹੜੇ ਨੋਟ ਕਰ ਲੈਣ ਵੀਰੇ, ਬਾਕਸ ਦੇ ਵਿੱਚ ਰਹਿਣਗੇ, ਨਹੀਂ ਪੁਆਇੰਟ ਜਿਹੜਾ ਕੱਟ ਲਿਆ ਜਾਵੇਗਾ। ਪਾਣੀ ਵੀਰੇ ਉੱਥੇ ਰੱਖ ਲਿਆ, ਆਪੇ ਜਿਹਨੂੰ ਲੋੜ ਆ ਖਿਡਾਰੀ ਪੀਣਗੇ। ਬੇਨਤੀ ਆ, ਗਰਾਊਂਡ ਦੇ ਵਿੱਚ ਕੋਈ ਵੀ ਵਾਧੂ ਵੀਰ ਜਿਹੜਾ ਨਹੀਂ ਐਂਟਰ ਹੋਵੇਗਾ, ਇਹ ਚਾਹੇ ਪ੍ਰਬੰਧਕ ਵੀਰ ਨੇ, ਕਿਉਂਕਿ ਸਖ਼ਤ ਜਿਹੜੇ ਨਿਯਮ ਬਣਾਏ ਨੇ ਇਸ ਕਲੱਬ ਨੇ, ਕਿਉਂਕਿ ਰੱਬ ਵਰਗੇ ਦਰਸ਼ਕ ਵੀਰਾਂ ਦੇ ਲਈ ਇਸ ਖੇਡ ਮੇਲੇ ਨੂੰ ਕਰਾਇਆ ਜਾ ਰਿਹਾ ਹੈ। ਵੱਡਾ ਉਦਮ, ਕਿੰਨੀਆਂ ਟਰਾਲੀਆਂ ਲੱਗੀਆਂ ਨੇ, ਟਰੱਕਾਂ ਲੱਗੇ ਨੇ, ਉੱਥੇ ਹੀ ਅੱਜ ਬੱਸਾਂ ਵੀ ਜਿਹੜੀਆਂ ਪੁੱਜ ਰਹੀਆਂ ਨੇ। ਹੈਲੋ ਲਓ ਜੀ, ਅਸੀਂ ਭਗਤ ਪੁਰ ਸਿੰਘ ਸਪੋਰਟਸ ਕਲੱਬ ਦੇ ਵੱਲੋਂ ਚੌਂਕੀ ਇੰਚਾਰਜ ਸੁਖਜੀਤ ਰਾਮ ਜੀ, ਉਹਨਾਂ ਦੇ ਨਾਲ ਸਰਦਾਰ ਅਵਤਾਰ ਸਿੰਘ ਜੀ ਸਾਡੇ ਦਰਮਿਆਨ ਪਹੁੰਚੇ ਨੇ। ਅਸੀਂ ਉਹਨਾਂ ਨੂੰ ਨਿੱਕੀ ਜੁਆ ਆਖਦੇ ਹਾਂ, ਪਲੀਜ਼ ਸਟੇਜ ਤੇ ਆਉਣ। ਜਗਜੀਤ ਰਾਮ ਜੀ ਚੌਂਕੀ ਇੰਚਾਰਜ ਦੀ ਸੜੂ ਤੇ ਉਹਨਾਂ ਦੇ ਨਾਲ ਸਰਦਾਰ ਅਵਤਾਰ ਸਿੰਘ ਜੀ ਤੇ ਹੋਰ ਸਾਰੇ ਸਟਾਫ ਮੈਂਬਰ, ਉਹਨਾਂ ਨੂੰ ਕਲੱਬ ਦੀ ਤਰਫੋਂ ਨਿੱਕੀ ਜੀ ਆਇਆਂ ਨੂੰ ਪਲੀਜ਼ ਸਟੇਜ ਤੇ ਆ ਜਾਓ। ਹੈਲੋ, ਸੈਣੀ ਬਾਜਰਾ ਤੇ ਦਹਿਲੀਜ ਕਲਾ, ਤੇ ਅਗਲੇ ਮੈਚ ਦੀਆਂ ਟੀਮਾਂ ਨੇ ਜਿਹੜੀਆਂ ਜਲਦੀ ਦੇ ਨਾਲ ਗਰਾਊਂਡ ਦੇ ਲਾਗੇ ਪਹੁੰਚਣ, ਆਪੋ ਆਪਣਾ ਵੇਟ ਕਰਵਾ ਲੈਣ ਜਿੰਨੀਆਂ ਟੀਮਾਂ ਐਂਟਰ ਕੀਤੀਆਂ ਗਈਆਂ ਨੇ। ਲਓ ਇਧਰਲੇ ਪਾਸੇ ਨੌਜਵਾਨ ਦੀ ਫਿਰ ਵੱਧ ਕੇ ਕਬੱਡੀ ਪੈ ਰਹੀ ਹੈ, ਕਿ ਵੱਧ ਗਿਆ ਢਾਂ ਵੀ ਯਾਰੋ ਅੱਗੇ ਕੌਡੀ ਪਾਉਣ ਨੂੰ, ਹੋ ਗਏ ਨੇ ਤਿਆਰ ਜਾਫੀ ਕੱਲਾ ਕੱਲਾ ਢਾਉਣ ਨੂੰ, ਕਿ ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ, ਅੱਜ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ, ਕਿ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ। ਲਓ ਰੱਬ ਵਰਗੇ ਦਰਸ਼ਕ ਵੀ ਨਜ਼ਾਰਾ ਲੈ ਰਹੇ ਨੇ ਇਸ ਕਬੱਡੀ ਦਾ, ਸਾਰੇ ਵੀਰਾਂ ਦਾ ਧੰਨਵਾਦ ਹੈ। ਲਓ ਇਧਰਲੇ ਪਾਸੇ ਪੈਂਦੀ ਹੋਈ ਕਬੱਡੀ ਤੇ, ਤਿੰਨ ਜਾਫੀ ਪੂਰੀ ਤਿਆਰੀ ਦੇ ਵਿੱਚ ਨੇ, 30 ਸਕਿੰਟਾਂ ਦੀ ਕਬੱਡੀ। ਹਾਂਜੀ ਜੀ, ਹਾਂਜੀ। ਲਓ ਜੀ, ਮੇਰੇ ਦਰਸ਼ਕ ਵੀਰਾਂ ਨੂੰ, ਮੈਂ ਸਾਰੇ ਪ੍ਰਬੰਧਕ ਸੱਜਣਾਂ ਨੂੰ ਬੇਨਤੀ ਕਰਦਾ ਕਲੱਬ ਦੀ ਤਰਫੋਂ ਕਿ ਪਲੀਜ਼ ਜਿਹੜੀ VIP ਸਟੇਜ ਹੈ ਉਹਦੇ ਉੱਤੇ ਮੇਰੇ ਵੀਰ ਪਲੀਜ਼ ਖਾਲੀ ਸੀਟਾਂ ਨਾ ਮੰਨਣ, ਕਿਉਂਕਿ ਅਸੀਂ ਆਮ ਦਰਸ਼ਕਾਂ ਦੇ ਲਈ ਸਟੇਜ ਸਾਡੇ ਦੂਏ ਸਾਈਡ ਹੀ ਬਣਾਈ ਵੀ ਹੈ, ਮੂਹਰੇ ਵੀ ਕੁਰਸੀਆਂ ਲੱਗੀਆਂ ਪਈਆਂ ਨੇ। ਬਾਅਦ ਦੇ ਵਿੱਚ ਸਾਡੇ ਆ ਕੇ ਬਾਊਂਸਰ ਵੀ ਤੇ ਕਮੇਟੀ ਮੈਂਬਰ ਵੀ ਪਾਸ ਚੈੱਕ ਕਰਨਗੇ, ਪਲੀਜ਼ ਉਸ ਸਟੇਜ ਤੇ ਕੁਰਸੀਆਂ ਨਾ ਮੰਨੋ, ਕਿਉਂਕਿ VIP ਸਟੇਜ ਹੈ। ਉਸ ਸਟੇਜ ਦੇ ਉੱਤੇ ਦੂਸਰੀ ਸਟੇਜ ਤੇ ਬੈਠੋ, ਉਸ ਸਟੇਜ ਨੂੰ ਮੰਨਣ ਦੀ ਕੋਸ਼ਿਸ਼ ਨਾ ਕਰੋ।
ਮਾਧੋਪੁਰ ਸ਼ਗਰਪੁਰ ਜਾਗੋਵਾਲ ਜਰਗੜੀ ਸਿੱਧ ਸਰ ਹੀਰਾ ਚੌਂਕ ਬੂਰ ਮਾਜਰਾ ਇਹ ਸਾਰੀਆਂ ਟੀਮਾਂ ਦਾ ਇੱਕ ਇੱਕ ਪਲੇਅਰ ਸਾਨੂੰ ਮਿਲੇ ਅਸੀਂ ਦੂਜੇ ਰਾਊਂਡ ਦੀਆਂ ਟਾਈਆਂ ਪਾਉਣ ਲੱਗੇ ਹਾਂ ਹੈਲੋ ਜਿਹੜੀਆਂ ਟੀਮਾਂ ਫਸਟ ਰਾਊਂਡ ਜਿੱਤੀਆਂ ਹੋਈਆਂ ਨੇ ਉਹ ਟੀਮਾਂ ਦਾ ਇਕੱਲਾ ਇਕੱਲਾ ਵੀਰ ਜਿਹੜਾ ਉਧਰ ਮੇਨ ਸਟੇਜ ਤੇ ਐਂਟਰੀ ਵਾਲੀ ਸਟੇਜ ਤੇ ਸਾਡੇ ਵੀਰਾਂ ਨਾਲ ਸੰਪਰਕ ਕਰ ਲੈਣ ਜਿਹੜੀਆਂ ਟੀਮਾਂ ਜਿੱਤੀਆਂ ਹੋਈਆਂ ਨੇ ਇੱਕ ਇੱਕ ਪਲੇਅਰ ਜਾ ਕੇ ਐਂਟਰੀ ਵਾਲੀ ਸਟੇਜ ਤੇ ਸੰਪਰਕ ਕਰੇ ਪ੍ਰਬੰਧਕਾਂ ਦੇ ਨਾਲ ਕਬੱਡੀ 75 ਕਿਲੋ ਸੈਣੀ ਮਾਜਰਾ ਤੇ ਦਹਿਲੀਜ ਕਲਾ ਤੇ ਟਰਪੱਲਾ ਤਾਗੀਪੁਰ ਤੇ ਸਿਆੜ ਇਹ ਜਿੰਨੀਆਂ ਟੀਮਾਂ ਨੇ ਆਪੋ ਆਪਣਾ ਵੇਟ ਕਰਵਾ ਕੇ ਤਿਆਰ ਰਹਿਣ ਹੈਲੋ ਲਓ ਇਹਦੇ ਪਾਸੇ ਮੈਦਾਨ ਦੇ ਵਿੱਚ ਸ਼ਾਨਦਾਰ ਸੰਘਰਸ਼ ਹੋ ਰਿਹਾ ਏ ਚੱਲਦੇ ਮੁਕਾਬਲੇ ਦਾ ਸਮਾਂ ਜਿਹੜਾ ਸਮਾਪਤ ਆ ਆ ਵੀ ਖਨਿਆਣ ਵਾਲਿਆ ਕਿਹੜੀ ਟੀਮ ਜੇਤੂ ਆ ਤੰਦੇ ਬੰਦੇ ਦੇ ਨੰਬਰ ਜਿਹੜੇ 11 13.5 ਨੰਬਰ ਜਿਹੜੇ ਨਿਆਮਪੁਰ ਦੀ ਟੀਮ ਦੇ ਨੇ ਨਿਆਮਪੁਰ ਦੀ ਟੀਮ ਜੇਤੂ ਆ ਨੋਟ ਕਰ ਲਈ ਜੀ ਨਿਆਮਪੁਰ ਦੀ ਟੀਮ ਜਿਹੜੀ ਜੇਤੂ ਆ ਸੈਣੀ ਬਾਜਰਾ ਤੇ ਦਹਿਲੀਜ ਕਲਾ ਇਹ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਪੁੱਜਣ ਸੈਣੀ ਬਾਜਰਾ ਤੇ ਦਹਿਲੀਜ ਕਲਾ
जिथे टीम आवाज सुन रही ने जल्दी के नाल ग्राउंड पुजन। ईशनपुरा ते ट्रिपला चौथा मैच जिहड़ा तकीपुर ते सियाड़ ये टीमों के दरम्यान जिहड़ा खेडिया जाएगा। ये सारे खिडारी वीर जिहड़े नोट कर लैण। एक बार फिर तो धन्नवाद समुचे स्पोर्ट्स क्लब वालों प्रधान हरिंदर सिंह जी, बैनीपाल रणजीत सिंह जी, मनी सीनियर मीत प्रधान, सुधाकर सिंह जी चेयरमैन साहब, गुरविंदर सिंह गेंदा वाइस चेयरमैन, सुखविंदर सिंह नोना कैशियर, अमरीक सिंह जी कैशियर, कुलविंदर सिंह किंदी मुख सलाहकार, पवनदीप सिंह कैशियर, गीता बैनीपाल मीत प्रधान, इकबाल सिंह प्रचार सकत्तर। हेलो लड्डू टीमां मिला यार कहड़ी ने अगलियां टीमां थोड़े आ जिहड़ी सैड़ी माजरे की टीम है ना मैच देख ले इत्थे खड़े ने जी। ये कहिंदे अगे कर दो हुण आया सी चंडीगढ़ तों सैनी माजरे जिहड़ी अगली टीम है तो अगली मैच बोल के ना दो मिनट का टाइम दिया कर, इन्ना टाइम नहीं अपने को हैगा। जिहड़ी टीम पहुंच जाए दूजी कट के मारो नहीं आउंदी जे अपने को टीमां बथेरियां ने, टीमां का इंतजार ना बहुता टाइम करो असीं किहदा इंतजार नहीं करना। ईशनपुरा ते ट्रिपला जिहड़ा अगला मैच होगा मेरा भीर अगले मैच वाले बैरीकेड बन के लगे पे ने खिडारी उत्थे आके खड़ना, असीं किसे टीम का इंतजार नहीं करना विच क्योंकि असीं दर्शकों के लिए इन्ना पैसा लाया जे इन्हां नूं कुछ ना दिखा सके फिर साडा इन्ना कार्ज सफल नहीं होना। ईशनपुरा ते ट्रिपला बई ये टीमां जिहड़ियां जल्दी ग्राउंड च पुज्जण। ईशनपुरा ते ट्रिपला दो मिनट का समा टीमां दे वास्ते, ग्राउंड जिहड़ा खाली आ ईशनपुरा ते ट्रिपला ये जिथे टीमां आवाज सुन रही ने जल्दी ग्राउंड दे विच पुज्जण। ईशनपुरा ते ट्रिपला ईशनपुर ते ट्रिपला बई टीमां जिहड़ियां जल्दी ग्राउंड दे विच पुज्जण। इस तों बाद तकीपुर ते सियाड़ हेलो हेलो हां भी रख लिया टीमां दो नहीं पहुंचे असं दो टीमां कर दे ट्रिपला ट्रिपला की टीम ग्राउंड के पिछा दूसरी ट्रिपले लाभ ट्रिपले की टीम ग्राउंड के पिछा ईशनपुर की टीम में एक मिनट ईशनपुर जो एक मिनट भी टीम पहुंच गई है तो ठीक है नहीं असं टीम कर देनी आ। ट्रिपले की टीम जारी पुज गई है गुरदासपुर जिले की टीम है जारी ट्रिपला सोनू दे पिंड की टीम है ट्रिपले की टीम जारी ग्राउंड के ईशनपुर की टीम जिथे आवाज सुन रही है वो जल्दी ग्राउंड के पुजे। ईशनपुरा ईशनपुरे की टीम जिथे आवाज सुन रही है जल्दी ग्राउंड के पुज जाए। उस तो बाद तकीपुर ते सियाड़ ये टीम है जिहड़ी तैयार रहन। इधर बॉक्स बनाया गया प्रबंधकों वालों बैरीगेटर का अगले मैच दी टीम जिहड़ी ग्राउंड के आके खड़िया करन। ये बेनती है सारे खिडारी नोट कर लैन। ईशनपुर की टीम जल्दी ग्राउंड के पुजे बई। इस तो बाद तकीपुर ते सियाड़ ग्राउंड उस तो बाद सैनी माजरा ते दहलीज कला इस तो बाद तकीपुर ते सियाड़ उस तो बाद सैनी माजरा ते दहलीज कला
हेलो एक कबड्डी 75 किलो भार दे जिहड़े खिडारी ने ये गल नोट कर लैण भी बैस्ट रेडर जापी दे वास्ते जिहड़े स्कूटर दिते जाने ने ਉਹ ਫਾਈਨਲ ਮੈਚ ਦੇ ਬੈਸਟ ਰੇਡਰ ਜਾਂ ਜਾਫੀ ਨੂੰ ਨਹੀਂ ਦਿੱਤਾ ਜਾਣਾ ਨੋਟ ਕਰ ਲੈਣ ਪਹਿਲੇ ਰਾਊਂਡ ਤੋਂ ਹੀ ਜਿਹੜੇ ਸਾਡੇ ਪ੍ਰਬੰਧਕ ਨੇ ਨੋਟ ਕਰ ਰਹੇ ਨੇ ਵੀ ਟੂਰਨਾਮੈਂਟ ਦਾ ਬੈਸਟ ਹੋਊਗਾ ਜਿਹੜਾ ਉਹਨੂੰ ਦਿੱਤਾ ਜਾਣਾ ਬੈਸਟ ਰੇਡਰ ਆ ਚਾਹੇ ਜਾਫੀ ਆ ਨੋਟ ਕਰ ਲੈਣ ਸਾਰੇ ਵੀਰ ਜਿਹੜੇ ਕਬੱਡੀ 75 ਕਿਲੋ ਵਾਲੇ ਖਿਡਾਰੀ ਟੂਰਨਾਮੈਂਟ ਦੇ ਬੈਸਟ ਰੇਡਰ ਜਾਫੀ ਨੂੰ ਸਕੂਟਰ ਦਿੱਤਾ ਜਾਣਾ ਨਾ ਕਿ ਫਾਈਨਲ ਮੈਚ ਦੇ ਇਹ ਸਾਰੇ ਵੀਰ ਜਿਹੜੇ ਨੋਟ ਕਰ ਲੈਣ ਆਪਣੀ ਪਰਫਾਰਮੈਂਸ ਜਿਹੜੀ ਉਹ ਹਿਸਾਬ ਨਾਲ ਕਰਿਓ ਪਹਿਲੇ ਰਾਊਂਡ ਤੋਂ ਹੀ ਜਿਹੜਾ ਸਾਡੇ ਪ੍ਰਬੰਧਕ ਨੇ ਜਿਹੜੇ ਨੋਟ ਕਰ ਰਹੇ ਨੇ ਕਿਹੜਾ ਕਿੰਨੇ ਟੱਚ ਲੈਂਦਾ ਕਿੰਨੇ ਜੱਫੇ ਨੇ ਕਿੰਨੀਆਂ ਕੌਡੀਆਂ ਨੇ ਇਹ ਸਾਰੇ ਵੀਰ ਨੋਟ ਕਰ ਲੈਣ ਬਾਅਦ ਦੇ ਵਿੱਚ ਕੋਈ ਇਤਰਾਜ਼ ਨਾ ਕਰਿਓ ਪਹਿਲਾਂ ਹੀ ਦੱਸ ਰਹੇ ਹਾਂ ਵੀ ਟੂਰਨਾਮੈਂਟ ਦੇ ਬੈਸਟ ਰੇਡਰ ਜਾਫੀ ਨੂੰ ਜਿਹੜੇ ਸਕੂਟਰ ਦਿੱਤੇ ਜਾਣੇ ਨੇ ਨਾ ਕਿ ਫਾਈਨਲ ਮੈਚ ਦੇ ਬੈਸਟ ਰੇਡਰ ਜਾਫੀ ਨੂੰ ਇਹ ਸਾਰੇ ਖਿਡਾਰੀ ਨੋਟ ਕਰ ਲੈਣ ਮੈਚ ਜਲਦੀ ਸ਼ੁਰੂ ਕਰਾ ਕੇ ਜੇ ਹੈਲੋ ਘੋੜਾ ਟਰਪੱਲਿਆਂ ਦਾ ਜਥੇ ਆਵਾਜ਼ ਸੁਣ ਰਿਹਾ ਉਹ ਗਰਾਊਂਡ ਦੇ ਵਿੱਚ ਪੁੱਜ ਜਾਵੇ ਉਹਦੇ ਸਾਥੀ ਖਿਡਾਰੀ ਉਡੀਕ ਰਹੇ ਨੇ ਘੋੜਾ ਜਥੇ ਆਵਾਜ਼ ਸੁਣ ਰਿਹਾ ਟਰਪੱਲਾ ਉਹ ਗਰਾਊਂਡ ਦੇ ਵਿੱਚ ਪੁੱਜੇ ਜਲਦੀ ਦੇ ਨਾਲ ਸੈਣੀ ਮਾਜਰਾ ਤੇ ਦਹਲੀਜ਼ ਕਲਾ ਹੈਲੋ ਕਬੱਡੀ 75 ਕਿਲੋ ਭਾਰ ਸ਼ਾਨਦਾਰ ਮੈਚ ਖੇਡ ਕਬੱਡੀ ਦਾ ਵੱਖੋ ਵੱਖਰੇ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਇੱਕ ਪਾਸੇ ਲੁਧਿਆਣਾ ਜ਼ਿਲ੍ਹਾ ਇੱਕ ਪਾਸੇ ਗੁਰਦਾਸਪੁਰ ਟਰਪੱਲਿਆਂ ਦੀ ਟੀਮ ਜਿਹੜੀ ਪਿੰਡ ਵਾਲੇ ਪਾਸੇ ਖੇਡ ਰਹੀ ਆ ਔਰ ਦੂਸਰੇ ਪਾਸੇ ਜਿਹੜੀ ਟੀਮ ਖੇਡ ਰਹੀ ਆ ਈਸ਼ਨਪੁਰ ਦੀ ਪਹਿਲੀ ਕਬੱਡੀ ਸੋਨੂ ਨਾਮ ਨੌਜਵਾਨ ਦਾ ਜਿਸ ਨੇ ਅੰਕ ਆਪਣੀ ਟੀਮ ਦੇ ਵਾਸਤੇ ਜੋੜਿਆ ਸੋਨੂ ਟਰਪੱਲਾ ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਵਿੱਕੀ ਨੌਜਵਾਨ ਇੱਕ ਪਾਸੇ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਆ ਡੇਰਾ ਬਾਬਾ ਨਾਨਕ ਦਾ ਏਰੀਆ ਤਰਨ ਤਾਰਨ ਦਾ ਏਰੀਆ ਕਹਿੰਦੇ ਵੀ ਇਹਨਾਂ ਖਿਡਾਰੀਆਂ ਦਾ ਗੁਰਦਾਸਪੁਰ ਜ਼ਿਲ੍ਹੇ ਨੂੰ ਬਲੌਕ ਕਰਦੀ ਟੀਮ ਸਾਰੇ ਖਿਡਾਰੀ ਵੀਰਾਂ ਦਾ ਧੰਨਵਾਦ ਲਓ ਇਧਰਲੇ ਪਾਸੇ ਪਈ ਹੋਈ ਕਬੱਡੀ ਤੇ ਅੱਜ ਨਜ਼ਾਰਾ ਵੱਖਰਾ ਲਓ ਸਿੱਖ ਸਰਦਾਰ ਖਿਡਾਰੀ ਇਸ ਸਮੇਂ ਕਿ ਨਾ ਕੋਈ ਹੋਇਆ ਨਾ ਕੋਈ ਹੋੜਾ ਕਿ ਕੌਣ ਕਰੂਗਾ ਰੀਸਾ ਉਸ ਕਲਗੀਧਰ ਦਸ਼ਮੇਸ਼ ਦੀਆਂ ਲਓ ਵਿੱਕੀ ਨੌਜਵਾਨ ਸ਼ਾਨਦਾਰ ਨੰਬਰ ਆਪਣੀ ਟੀਮ ਦੇ ਵਾਸਤੇ ਲਓ ਅਗਲੀ ਕਬੱਡੀ ਘੋੜਾ ਨੌਜਵਾਨ ਸ਼ਾਮਪੁਰੀਆ ਸ਼ਾਮਪੁਰ ਪਿੰਡ ਆ ਕਹਿੰਦੇ ਵੀ ਗੁਰਦਾਸਪੁਰ ਜ਼ਿਲ੍ਹੇ ਦਾ ਇਸ ਮੁੰਡੇ ਦਾ ਘੋੜਾ ਨਾਮ ਕਿ ਲੱਲੇ ਨਾਲ ਲੱਖਾ ਯਾਰ ਉਹ ਸੱਸੇ ਨਾਲ ਸਰੂਰ ਏ ਕਿ ਗੱਗੇ ਨਾਲ ਗਾਜੀਪੁਰੀਆ ਕੌਡੀ ਚ ਮਸ਼ਹੂਰ ਏ ਲਓ ਸਾਹਮਣੇ ਨੌਜਵਾਨ ਘੋੜਾ ਇਸ ਵੇ ਸ਼ਾਨਦਾਰ ਕਬੱਡੀ ਪੈ ਰਹੀ ਹੈ ਮੈਦਾਨ ਦੇ ਵਿੱਚ ਲਓ ਸਿੱਖ ਸਰਦਾਰ ਖਿਡਾਰੀ ਮੂਹ ਸਪਰੇ ਗਰਾਊਂਡ ਚ ਦੇ ਦਿਓ ਜੀ ਹੈਲੋ ਲਓ ਇਧਰਲੇ ਪਾਸੇ ਨੌਜਵਾਨ
ਗੁਰਪ੍ਰੀਤ ਸਿੰਘ ਇਸ਼ਨਪੁਰੀਆ ਪਰ ਉਧਰ ਗੇਜਾ ਕੋਟ ਗੰਗੂ ਰਾਏਪੁਰ ਦਾ ਫੈਸਲਾ ਦੇ ਰਿਹਾ ਹੈ ਵੀ ਇਹ ਨੰਬਰ ਜਿਹੜਾ ਸਵੇ ਢਾਬੀ ਦੇ ਵਾਸਤੇ ਆ ਜਾਫੀਆਂ ਦੇ ਲਈ ਨੰਬਰ ਜਿਹੜਾ ਟਰਪੱਲੇ ਦੀ ਟੀਮ ਦੇ ਵਾਸਤੇ ਹੈਲੋ ਲਓ ਇਧਰਲੇ ਪਾਸੇ ਪਈ ਹੋਈ ਕਬੱਡੀ ਤੇ ਹਿੰਦਾ ਨੌਜਵਾਨ ਇਸ਼ਨਪੁਰੀਆ ਲਓ ਸ਼ਾਨਦਾਰ ਟਰਾਈ ਕਰ ਰਿਹਾ ਵੱਧ ਕੇ ਕੀਤੀ ਹੋਈ ਟਰਾਈ ਤੇ ਲਓ 30 ਸਕਿੰਟਾਂ ਦਾ ਸਮਾਂ ਜਿਹੜਾ ਦੋਨੋਂ ਸਿੱਖ ਸਰਦਾਰ ਨੌਜਵਾਨ ਭਿੜ ਰਹੇ ਨੇ ਕਿ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੌਮ ਤੋਂ ਸੱਤ ਵਾਰੇ ਸੱਤ ਵਾਰ ਕੇ ਕਹਿੰਦਾ ਭਾੜਾ ਮਿੱਠਾ ਲਾਗੇ ਤੇਰਾ ਕਿ ਸਰਬੰਸ਼ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਕਿ ਸਰਬੰਸ਼ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਸ਼ਾਨਦਾਰ ਨੰਬਰ ਹੈ ਸਮੇਸ਼ਨਪੁਰ ਦੀ ਟੀਮ ਦੇ ਵਾਸਤੇ ਲਓ ਅਗਲੀ ਕਬੱਡੀ ਦਾ ਨਜ਼ਾਰਾ ਆਪਾਂ ਫਿਰ ਵੇਖਦੇ ਹਾਂ ਬਦਾਮ ਦੇ ਵਿੱਚ ਵਿੱਕੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਲਓ ਚਾਰ ਜਾਫੀ ਨੇ ਸੁਬੇ ਗੁਰਦਾਸਪੁਰੀਏ ਬਾਬਾ ਨਾਨਕ ਦਾ ਏਰੀਆ ਲਓ ਸਾਹਮਣੇ ਪਈ ਹੋਈ ਕਬੱਡੀ ਤੇ ਸ਼ਾਨਦਾਰ ਤਰੀਕੇ ਦੇ ਨਾਲ ਲਓ ਟਰਾਈ ਹੋਵੇਗੀ ਇਸ ਨੰਬਰ ਦੇ ਲਈ ਇੱਕ ਇੱਕ ਨੰਬਰ ਦੇ ਲਈ ਜਦੋਂ ਯਾਦ ਹੋ ਰਹੀ ਆ ਕਿ ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ ਖੇਡੀ ਜਾਂਦੀ ਹੈ ਲਾ ਕੇ ਪੂਰਾ ਤਾੜ ਮਿੱਤਰ ਕਿ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰ ਬਈ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰ ਲਓ ਨੌਜਵਾਨ ਨੇ ਲਾ ਕੇ ਜੱਫਾ ਅੰਕ ਆਪਣੀ ਟੀਮ ਦੇ ਵਾਸਤੇ ਸ਼ਾਨਦਾਰ ਨੰਬਰ ਜਿਹੜਾ ਇਸ ਸਮੇਂ ਟਰਪੱਲੇ ਦੀ ਟੀਮ ਦੇ ਲਈ ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਨੌਜਵਾਨ ਫਿਰ ਪਾਉਣ ਦੇ ਵਾਸਤੇ ਵਾਧਾ ਹੋਇਆ ਸੈਣੀ ਮਾਜਰਾ ਤੇ ਦਹਿਲੀਜ ਕਲਾਂ ਇਹ ਟੀਮਾਂ ਜਿੱਥੇ ਆਵਾਜ਼ ਸੁਣਦੀਆਂ ਨੇ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪਹੁੰਚਣ ਲਓ ਇਧਰਲੇ ਪਾਸੇ ਸ਼ਾਨਦਾਰ ਤਰੀਕੇ ਦੇ ਨਾਲ ਟਰਾਈ ਪਰ ਨੰਬਰ ਜਿਹੜਾ ਧਾਬੀ ਦੇ ਵਾਸਤੇ ਸੈਣੀ ਬਾਜਰਾ ਤੇ ਦਹਿਲੀਜ ਕਲਾ ਤਕੀਪੁਰ ਤੇ ਸਿਆੜ ਇਹ ਟੀਮਾਂ ਜਿਹੜੀਆਂ ਨੋਟ ਕਰ ਲੈਣ ਅਗਲੇ ਮੈਚਾਂ ਦੇ ਲਈ ਬਾਕਸ ਦੇ ਵਿੱਚ ਪੁੱਜਣ ਬੇਨਤੀ ਹੈ ਲਓ ਇਧਰਲੇ ਪਾਸੇ ਪਈ ਹੋਈ ਕਬੱਡੀ ਤੇ ਨੌਜਵਾਨ ਨੇ ਫਿਰ ਦੋ ਨੰਬਰ ਤੋਂ ਵੱਧ ਕੇ ਕੀਤੀ ਹੋਈ ਟਰਾਈ ਲਓ ਸਾਹਮਣੇ ਸਵਾ ਦੱਸੇਗਾ ਵੀ ਹੁਣ ਇਹ ਨੰਬਰ ਜਿਹੜਾ ਕਿਸ ਟੀਮ ਦੇ ਹਿੱਸੇ ਦੇ ਵਿੱਚ ਜੁੜੇਗਾ ਦਰਸ਼ਕ ਵੀ ਨਜ਼ਾਰਾ ਲੈ ਰਹੇ ਨੇ ਖੇਡ ਕਬੱਡੀ ਦਾ ਸਾਰੇ ਰੱਬ ਵਰਗੇ ਦਰਸ਼ਕ ਵੀਰਾਂ ਦਾ ਫਿਰ ਧੰਨਵਾਦ ਹੈ ਸਮੁੱਚੀ ਬਾਬਾ ਭਗਤ ਪੂਰਨ ਸਿੰਘ ਸਪੋਰਟਸ ਕਲੱਬ ਵੱਲੋਂ ਦਹਿਲੀਜ ਕਲਾ ਤੇ ਸੈਣੀ ਮਾਜਰਾ ਇਹ ਟੀਮਾਂ ਜਿਹੜੀਆਂ ਜਲਦੀ ਗਰਾਊਂਡ ਦੇ ਲਾਗੇ ਪੁੱਜਣ ਬੇਨਤੀ ਹੈ ਮੇਰੀ ਸੈਣੀ ਮਾਜਰਾ ਤੇ ਦਹਿਲੀਜ ਕਲਾ ਲਓ ਸੋਨੂੰ ਦੀ ਕਬੱਡੀ ਪੈ ਰਹੀ ਹੈ 75 ਕਿਲੋ ਭਾਰ ਦਾ ਸ਼ਾਨਦਾਰ ਧਾਵੀ ਹੈ ਨੌਜਵਾਨ ਟਰਪੱਲੇ ਪਿੰਡ ਦਾ ਸੋਨੂੰ ਜਿਸਦੇ ਸ਼ਾਨਦਾਰ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜਿਆ ਲਓ ਅਗਲੀ ਕਬੱਡੀ ਗੁਰਪ੍ਰੀਤ ਸਿੰਘ ਫਿਰ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਵਾਧਾ ਹੋਇਆ ਕਿ ਰਗ ਰਗ ਦੇ ਵਿੱਚ ਸਮਾਈ ਹੋਈ ਆ ਲੋਕੀ ਦਿਲਾਂ ਦੇ ਵਿੱਚ ਵਸਾਈ ਹੋਈ ਆ ਕੌਮ ਇੱਕੋ ਹੈ ਜੱਗ ਤੇ ਪੰਜਾਬੀਆਂ ਦੀ ਕਿ ਜਿਹਨੇ ਪ੍ਰੀਤ ਕੌਡੀ ਨਾਲ ਪਾਈ ਹੋਈ ਆ ਕਿ ਕੌਮ ਇੱਕੋ ਹੈ ਜੱਗ ਤੇ ਪੰਜਾਬੀਆਂ ਦੀ ਲਓ ਗੁਰਦਾਸਪੁਰੀਆ ਨੌਜਵਾਨ ਫਿਰ ਸ਼ਾਨਦਾਰ ਨੰਬਰ ਦਾ ਵਾਧਾ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਲਓ ਅਗਲੀ ਕਬੱਡੀ ਫਿਰ ਨੌਜਵਾਨ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਦਾ ਨਜ਼ਾਰਾ ਫਿਰ ਮੈਦਾਨ ਦੇ ਵਿੱਚ ਉਧਰ ਇਸ਼ਨਪੁਰੀਏ ਨੌਜਵਾਨ ਲਓ ਟਰਾਈ ਦੇ ਵਿੱਚ ਨੇ ਲਓ ਦੋ ਨੰਬਰ ਤੋਂ ਫਿਰ ਸ਼ਾਨਦਾਰ ਟਰਾਈ ਕੀਤੀ ਨੌਜਵਾਨ ਨੇ ਪਰ ਨੰਬਰ ਜਿਹੜਾ ਧਾਵੀ ਦੇ ਵਾਸਤੇ ਲਓ ਅਗਲੀ ਕਬੱਡੀ ਫਿਰ ਵਿੱਕੀ ਦੇ ਹਿੱਸੇ ਆਈ ਮੈਦਾਨ ਦੇ ਵਿੱਚ ਵਿੱਕੀ ਨੌਜਵਾਨ ਫਿਰ ਕਬੱਡੀ ਪਾ ਰਿਹਾ ਹੈ ਮੈਦਾਨ ਦੇ ਵਿੱਚ ਚਾਰ ਜਾਫੀ ਨੇ ਇਸ ਸਮੇਂ ਗੁਰਦਾਸਪੁਰੀਏ ਟਰਪੱਲੇ ਪਿੰਡ ਦੇ ਕੀਤੀ ਹੋਈ ਟਰਾਈ ਤੇ ਲਓ ਹੁਣ ਕੌਣ ਜਿਹੜਾ ਨੰਬਰ ਜੁੜੇਗਾ ਇਹ ਸਮੇਂ ਦੀ ਗੱਲ ਹੋਵੇਗੀ ਕੱਲੇ ਕੱਲੇ ਖਿਡਾਰੀ ਵੀਰ ਦਾ ਧੰਨਵਾਦ ਹੈ ਲਓ ਇਧਰਲੇ ਪਾਸੇ ਇੱਕ ਪਾਸੇ ਮਾਝੇ ਦਾ ਏਰੀਆ ਦੂਸਰੇ ਪਾਸੇ ਮਾਲਵਾ ਲਓ ਸਾਹਮਣੇ ਸ਼ਾਨਦਾਰ ਨੰਬਰ ਜਿਹੜਾ ਆਪਣੀ ਟੀਮ ਦੇ ਵਾਸਤੇ ਟਰਪੱਲੇ ਵਾਲਾ ਨੌਜਵਾਨ ਜੋੜਦਾ ਹੋਇਆ ਲਓ ਅਗਲੀ ਕਬੱਡੀ ਜਸਵੰਤ ਸਿੰਘ ਟਰਪੱਲੇ ਪਿੰਡ ਦਾ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਲਓ ਪੀ ਕੀਤੀ ਹੋਈ ਟਰਾਈ ਤੇ ਆਪਾਂ ਵੇਖਾਂਗੇ ਵੀ ਕੌਣ ਹੁਣ ਨੰਬਰ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜੇਗਾ ਜਸਵੰਤ ਸਿੰਘ ਦੀ ਕਬੱਡੀ ਪੈ ਰਹੀ ਹੈ ਮੈਦਾਨ ਦੇ ਵਿੱਚ ਦਹਿਲੀਜ ਕਲਾ ਵਾਲੇ ਜਿਹੜੇ ਖਿਡਾਰੀ ਨੇ ਬਾਕਸ ਦੇ ਵਿੱਚ ਖੜ ਜਾਣਗੇ ਬੇਨਤੀ ਹੈ ਇਹਨਾਂ ਦੇ ਲਈ ਦਹਿਲੀਜ ਕਲਾ ਦੇ ਖਿਡਾਰੀ ਜਿਹੜੇ ਆ ਰਹੇ ਨੇ ਸੈਣੀ ਮਾਜਰਾ ਦੋਨੇ ਟੀਮਾਂ ਜਿਹੜੀਆਂ ਬਾਕਸ ਦੇ ਵਿੱਚ ਖੜਨਗੀਆਂ ਰੇਡਰ ਜਿਹੜੇ ਬਾਕਸ ਦੇ ਵਿੱਚ ਰਹਿਣ ਲਓ ਅਗਲੀ ਕਬੱਡੀ ਫਿਰ ਨੌਜਵਾਨ ਇਸ਼ਨਪੁਰੀਆ ਵੱਧ ਕੇ ਮੈਦਾਨ ਦੇ ਵਿੱਚ ਪਾਉਣ ਦੇ ਲਈ
चार जापी हल्का हल्का पिछा अड़ते जा रहे हैं। लो दो नंबर तो नौजवान ने फिर वध के ट्राई की है। लो मां बेटी की उड़ती हुई धूड़ फासला करेगा, कहते भी कोट गंगूरा पिंड का गेजा। लो एक पासे लसाड़े पिंड का जिंदरा लाओ सामने। इस समय मुकाबला जरा सख्त, तीह सेकंड का समा जरा लाओ। नंबर जरा इस समय ट्रिपले की टीम के वास्ते शानदार नंबर जरा ट्रिपले की टीम के लिए। इस मैच का समा समाप्त जी, ट्रिपले की टीम जित गई जी, नोट कर लियो। उधर साढ़े वीर एंट्री वाली स्टेज पर नोट कर लन। ट्रिपला जिला गुरदासपुर की टीम जी जेतू आ। सैनी माजरा ते दहलीज कला बई टीम जल्दी ग्राउंड पुजन। टी शर्ट आ कोई भी वीर जरा ग्राउंड ना पाके आवे, हाथ बन के बेनती आ। जरा बॉक्स बनाया खिडारियों के वास्ते उ टी शर्टा ला के आयो अपन। हेलो, सियाड़ की टीम जी आवाज सुनती है ग्राउंड पुजे। सैनी माजरे का दहलीज का मैच जरा अगला किया गया। सियाड़ की टीम जिथे आवाज सुनती है ग्राउंड च पुजे। तकीपुर जी ग्राउंड शिव सियाड़ जिथे आवाज सुन रहे अपनी टीम लैके जल्दी ग्राउंड पुजे। सियाड़ की टीम जिथे आवाज सुन रही है जल्दी ग्राउंड पुज जाए। उत सारे वीर जड़े नोट कर लड़े, गुरु का लंगर जो गुरद्वारा साहब चल रहा है। किसी भी खिडारी वीर या दर्शक वीर लोड़ हो उधर ग्राउंड जाके गुरद्वारा साहब जाके जरा लंगर छक सकता। स्टेज के पिछे जरा लग्या लंगर, उत्थे कोई भी वीर जरा वो ना आवे, सिर्फ साढ़े मेहमाना वास्ते आ। दर्शक वीर ते खिडारी वीर जिहड़ा उधर गुरुद्वारा साहब दे विच जाके लंगर छक सकदे आ। सारे वीर जिहड़े नोट कर लैण। सियाड़ दी टीम दे लई एक मिनट का समा। हेलो, हां जी, ओ वीर सियाड़ दी टीम कितने आउंदी आ कि नहीं? इन्ना साडे कोल टाइम नहीं गा, असीं टीम कर देनी आ। सियाड़ वाले खिलाड़ी कितने आवाज सुन रहे, हाथ खड़ा कर ले। नहीं, असं एक मिनट तो पहले टीम कटन लगे। नुने मैच अगे पिछे नहीं करना, जिदा मैच आता बोल दो लगातार टीम आती है, ठीक है? नहीं कर दो। उस तो बाद सैनी माजरा दहलीज कला अंबी क्लब अठूर ते पुनरेड़ी समाओ ते कमालपुरा भैनी बागा ते मानकी तपा मंडी के बनूड़ तूरां ते ललतों यह सारिया टीम अपना वेट करा के तैयार पर तैयार रहन। किसी भी टीम का कोई इंतजार नहीं होना। हेलो, सियाड़ दी टीम दे लई एक मिनट का समा। शिव सियाड़ जिथे आवाज सुन रहे अपनी टीम लैके जल्दी पुजे। जेकर आ रहे ने हाथ खड़ा करके दस दौ भीर सियाड़ आ जाओ भीरे, जल्दी करो यार। अगले मैच दी टीम जड़िया वो बॉक्स दे विच खड़नगियां। हेलो भाई जी, सियाड़ दी टीम आउंदी आ कि नहीं? जेड़ा अगला मैच है दोनों टीम एक टीम आई खड़ी, दूजी टीम बैरीगेट दे विच आ जावे।